ਹਾਂਜੀ ਮੇਰੇ ਪਿਆਰੇ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77 ਸਟੱਡੀ ਪੁਆਇੰਟ 'ਤੇ। ਸੋ ਅੱਜ ਦੀ ਤੁਹਾਡੇ ਲਈ ਵੀਡੀਓ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ। ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕੋਈ ਵੀ ਪੋਸਟ ਦੀ ਤਿਆਰੀ ਕਰ ਰਹੇ ਹਨ, ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ। ਸੋ ਜਿਹੜੇ ਦੋਸਤ ਸਾਡੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ। ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਹੀ ਕਲਾਸਾਂ ਦੀਆਂ ਵਧੀਆ ਮਟੀਰੀਅਲ ਦੇ ਨਾਲ PDF ਆਪਣੇ ਮੋਬਾਈਲ 'ਤੇ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਇਸ ਨੰਬਰ 'ਤੇ ਤੁਸੀਂ 9946115144। ਇਸ ਤੁਸੀਂ ਸਾਨੂੰ ਓਨਲੀ 200 ਰੁਪਏ ਗੂਗਲ ਪੇ ਜਾਂ ਫੋਨਪੇ ਕਰਕੇ ਤੁਸੀਂ ਸਾਡੇ ਕੋਲੋਂ ਵਟਸਐਪ ਦੇ ਜ਼ਰੀਏ PDF ਲੈ ਸਕਦੇ ਹੋ। ਜਿਹੜੇ ਦੋਸਤ ਸਾਡੇ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦੇ ਹਨ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ, ਉੱਥੋਂ ਤੁਸੀਂ ਜਾ ਕਿਸੇ ਦਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ। ਸੋ ਜ਼ਿਆਦਾ ਟਾਈਮ ਨਾ ਵੇਸਟ ਕਰ ਦੇਵੇ, ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਸਭ ਤੋਂ ਪਹਿਲਾਂ ਕੁਐਸਚਨ ਹੈ ਜੀ, ਕੁਐਸਚਨ ਨੰਬਰ 1, ਸਟੈਪ ਡਾਊਨ ਟਰਾਂਸਫਾਰਮਰ ਵਿੱਚ ਕੀ ਵੋਲਟੇਜ ਵੱਧਦੀ ਹੈ, ਕਰੰਟ ਘਟਦਾ ਹੈ, ਵੋਲਟੇਜ ਘਟਦੀ ਹੈ ਜਾਂ ਕਰੰਟ ਵੱਧਦਾ ਹੈ? ਹਾਂਜੀ ਮੇਰੇ ਪਿਆਰੇ ਦੋਸਤੋ, ਇਸਦਾ ਜੋ ਰਾਈਟ ਆਨਸਰ ਹੋ ਜਾਏਗਾ ਉਹ ਹੈ, ਇੱਕ ਪਹਿਲਾ ਵੋਲਟੇਜ ਘਟਦੀ ਹੈ, ਵੋਲਟੇਜ ਘਟਦੀ ਹੈ, ਜਦੋਂ ਵੋਲਟੇਜ ਘਟਦੀ ਹੈ ਤਾਂ ਕਰੰਟ ਵੱਧਦਾ ਹੈ, ਕਰੰਟ ਵੱਧਦਾ ਹੈ। ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਆਪਸ਼ਨ ਨੰਬਰ ED ਐਂਡ ਸੱਸਾ, ਵੋਲਟੇਜ ਘਟਦੀ ਹੈ ਅਤੇ ਕਰੰਟ ਵੱਧਦਾ ਹੈ। ਰਾਈਟ ਦੋਸਤੋ, ਅੱਗੇ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਕੁਐਸਚਨ ਨੰਬਰ ਹੈ 2, ਸਟੈਪ ਅਪ ਟਰਾਂਸਫਾਰਮਰ ਵਿੱਚ ਟਰਾਂਸਫਾਰਮਰ ਰੇਸ਼ੋ 1 ਤੋਂ ਵੱਧ ਹੁੰਦੀ ਹੈ, 1 ਤੋਂ ਘੱਟ ਹੁੰਦੀ ਹੈ, 1 ਹੁੰਦੀ ਹੈ ਜਾਂ ਉਪਰੋਕਤ ਵਿੱਚ ਕੋਈ ਨਹੀਂ? ਜੀ ਦੋਸਤੋ, ਇਸਦਾ ਜੋ ਰਾਈਟ ਆਨਸਰ ਹੈ ਉਹ ਹੈ 1 ਤੋਂ ਵੱਧ ਹੁੰਦੀ ਹੈ, ਵੱਧ ਹੁੰਦੀ ਹੈ, ਆਪਸ਼ਨ ਨੰਬਰ ਏ ਬਿਲਕੁਲ ਰਾਈਟ ਆਨਸਰ ਇਸਦਾ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ 'ਤੇ ਚੱਲੀਏ ਜੀ। ਕੁਐਸਚਨ ਨੰਬਰ ਹੈ 3, ਸਟੈਪ ਡਾਊਨ ਟਰਾਂਸਫਾਰਮਰ ਵਿੱਚ ਟਰਾਂਸਫਰਮੇਸ਼ਨ ਰੇਸ਼ੋ 1 ਤੋਂ ਘੱਟ ਹੁੰਦੀ ਹੈ, 1 ਹੁੰਦੀ ਹੈ, 1 ਤੋਂ ਵੱਧ ਹੁੰਦੀ ਹੈ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ? ਹਾਂਜੀ ਮੇਰੇ ਪਿਆਰੇ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੋ ਜਾਏਗਾ ਉਹ ਹੈ 1 ਤੋਂ ਘੱਟ ਹੁੰਦੀ ਹੈ, ਆਪਸ਼ਨ ਏ ਬਿਲਕੁਲ ਰਾਈਟ ਆਨਸਰ ਇਸਦਾ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ 'ਤੇ ਚਲੀਏ ਜੀ। ਕੁਐਸਚਨ ਨੰਬਰ ਹੈ 4, ਨੋ ਲੋਡ 'ਤੇ ਟਰਾਂਸਫਾਰਮਰ ਦੀ ਪ੍ਰਾਇਮਰੀ ਸਾਈਡ ਓਪਨ ਹੁੰਦੀ ਹੈ, ਸੈਕੰਡਰੀ ਸਾਈਡ ਓਪਨ ਹੁੰਦੀ ਹੈ, ਉਪਰੋਕਤ ਦੋਵੇਂ ਹੁੰਦੀਆਂ ਹਨ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹੁੰਦਾ?
ਹਾਂਜੀ ਮੇਰੇ ਪਿਆਰੇ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੋ ਜਾਏਗਾ ਸੈਕੰਡਰੀ ਸਾਈਡ ਓਪਨ ਹੁੰਦੀ ਹੈ, ਓਪਨ ਹੁੰਦੀ ਹੈ। ਆਪਸ਼ਨ ਐਡਾ ਇਸਦਾ ਬਿਲਕੁਲ ਰਾਈਟ ਆਨਸਰ ਹੈ ਇਸਦਾ ਦੋਸਤੋ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਚਲੀਏ ਜੀ। ਕੁਐਸਚਨ ਨੰਬਰ ਹੈ 5। ਨੋ ਲੋਡ 'ਤੇ ਟਰਾਂਸਫਾਰਮਰ ਦੇ ਕਿਹੜੇ ਲਾਸਿਸ ਸਰਕਟ ਵਿੱਚ ਹੁੰਦੇ ਹਨ? ਆਇਰਨ ਲਾਸਿਸ, ਕਾਪਰ ਲਾਸਿਸ, ਦੋਵੇਂ ਜਾਂ ਉਪਰੋਕਤ ਵਿੱਚ ਕੋਈ ਨਹੀਂ? ਹਾਂਜੀ ਮੇਰੇ ਪਿਆਰੇ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਇਰਨ ਲਾਸ। ਆਪਸ਼ਨ ਏ ਇਸਦਾ ਬਿਲਕੁਲ ਰਾਈਟ ਆਨਸਰ ਹੈ, ਆਇਰਨ ਲਾਸ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਚਲੀਏ ਜੀ। ਕੁਐਸਚਨ ਨੰਬਰ ਹੈ 6। ਕਹਿ ਰਿਹਾ ਟਰਾਂਸਫਾਰਮਰ ਦੇ ਵਿੱਚ ਬਰੀਦਰ ਦਾ ਕੀ ਕੰਮ ਹੁੰਦਾ ਹੈ? ਮੋਸਟ ਇੰਪੋਰਟੈਂਟ ਕੁਐਸਚਨ ਇਹ ਹੈ ਦੋਸਤੋ, ਕਿਉਂਕਿ 100% ਹੀ ਪੁੱਛਿਆ ਜਾਂਦਾ ਹੈ। ਪਹਿਲਾਂ ਵੀ ਵੀਡੀਓ ਦੇ ਵਿੱਚ ਮੈਂ ਬਹੁਤ ਵਾਰੀ ਇਹ ਕਰਵਾ ਚੁੱਕਿਆ ਹਾਂ, ਉਮੀਦ ਹੈ ਤੁਸੀਂ ਜ਼ਰੂਰ ਦੇਖਿਆ ਹੋਣਾ। ਚਲੋ ਕਿਸੇ ਸਟੂਡੈਂਟ ਨੇ ਨਹੀਂ ਦੇਖਿਆ ਤਾਂ ਮੈਂ ਦੱਸ ਦਿੰਦਾ ਜੀ, ਟਰਾਂਸਫਾਰਮਰ ਦੇ ਵਿੱਚ ਬਰੀਦਰ ਦਾ ਕੰਮ ਕੀ ਹੁੰਦਾ ਹੈ? ਆਪਸ਼ਨਾਂ ਆਪਣੇ ਕੋਲ 4 ਦਿੱਤੀਆਂ ਹੋਈਆਂ ਹਨ, ਇਹਨਾਂ 'ਚੋਂ ਆਪਾਂ 1 ਬਿਲਕੁਲ ਸਹੀ ਕਰਨੀ ਹੈ। ਪੇਪਰ ਦੇ ਵਿੱਚ ਵੀ ਆਪਾਂ ਕੋਲ ਇਸ ਤਰ੍ਹਾਂ ਦੇ 4 ਆਪਸ਼ਨਾਂ ਦਿੱਤੀਆਂ ਹੋਣਗੀਆਂ। ਪਹਿਲੀ ਆਪਸ਼ਨ ਹੈ ਟਰਾਂਸਫਾਰਮਰ ਦੇ ਅੰਦਰ ਜਾਣ ਵਾਲੀ ਹਵਾ ਦੀ ਨਮੀ ਸੋਖਣ ਦਾ, ਦੂਸਰੀ ਹੈ ਟਰਾਂਸਫਾਰਮਰ ਵਿੱਚ ਹਵਾ ਭੇਜਣ ਦਾ, ਤੀਸਰੀ ਹੈ ਟਰਾਂਸਫਾਰਮਰ ਦਾ ਤੇਲ ਠੰਡਾ ਕਰਨ ਦਾ, ਚੌਥੀ ਹੈ ਉਪਰੋਕਤ ਵਿੱਚ ਕੋਈ ਨਹੀਂ। ਜੀ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਨੰਬਰ ਏ, ਟਰਾਂਸਫਾਰਮਰ ਦੇ ਅੰਦਰ ਜਾਣ ਵਾਲੀ ਹਵਾ ਦੀ ਨਮੀ ਨੂੰ ਸੋਖਣ ਲਈ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ 'ਤੇ ਚਲੀਏ ਜੀ। ਕੁਐਸਚਨ ਨੰਬਰ ਹੈ ਆਪਣੇ ਕੋਲ 7। ਕਹਿ ਰਿਹਾ ਟਰਾਂਸਫਾਰਮਰ ਦੇ ਬਰੀਦਰ ਦੇ ਵਿੱਚ ਕਿਹੜਾ ਪਦਾਰਥ ਪਾਇਆ ਜਾਂਦਾ ਹੈ? ਹਾਂਜੀ ਦੋਸਤੋ, ਆਪਸ਼ਨਾਂ ਆਪਣੇ ਕੋਲ ਦਿੱਤੀਆਂ ਹੋਈਆਂ ਹਨ, 4 ਆਪਸ਼ਨਾਂ ਨੇ। ਪਹਿਲੀ ਹੈ ਸਿਲਕਾ ਜੈੱਲ, ਦੂਸਰੀ ਹੈ ਨਮਕ, ਤੀਸਰੀ ਹੈ ਚਾਰਕੋਲ, ਜਾਂ ਚੌਥੀ ਹੈ ਕਾਰਬਨ ਸਿਲੀਕੇਟ। ਹਾਂਜੀ ਮੇਰੇ ਪਿਆਰੇ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸਿਲਕਾ ਜੈੱਲ, ਸਿਲਕਾ ਜੈੱਲ, ਸਿਲਕਾ ਜੈੱਲ। ਠੀਕ ਹੈ ਦੋਸਤੋ, ਨੈਕਸਟ ਕੁਐਸਚਨ ਚਲੀਏ ਮੇਰੇ ਦੋਸਤੋ। ਕੁਐਸਚਨ ਨੰਬਰ ਹੈ ਆਪਣੇ ਕੋਲ 8। ਕਹਿ ਰਿਹਾ ਟਰਾਂਸਫਾਰਮਰ ਵਿੱਚ ਵਰਤਿਆ ਜਾਣ ਵਾਲਾ ਤੇਲ ਕਿਸ ਕਿਸਮ ਦਾ ਹੁੰਦਾ ਹੈ? ਤਾਂ ਆਪਸ਼ਨਾਂ ਆਪਣੇ ਕੋਲ 4 ਦਿੱਤੀਆਂ ਹੋਈਆਂ ਹਨ। ਪਹਿਲੀ ਹੈ ਖਣਿਜ ਤੇਲ, ਦੂਸਰੀ ਹੈ ਜਾਨਵਰਾਂ ਦਾ ਤੇਲ, ਤੀਸਰੀ ਹੈ ਸਬਜ਼ੀਆਂ ਦਾ ਤੇਲ, ਚੌਥੀ ਹੈ ਤੇਲ ਕਿਸੇ ਕਿਸਮ ਦਾ ਵੀ ਹੋ ਸਕਦਾ ਹੈ। ਹਾਂਜੀ
ਮੇਰੇ ਪਿਆਰੇ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਖਣਿਜ ਤੇਲ। ਖਣਿਜ ਤੇਲ ਜਾਂ ਮਿਨਰਲ ਓਇਲ, ਮਿਨਰਲ ਓਇਲ ਵੀ ਹੋ ਸਕਦਾ ਹੈ, ਮਿਨਰਲ ਤੇਲ ਜਾਂ ਖਣਿਜ ਤੇਲ ਹੋ ਸਕਦਾ ਹੈ। ਆਪਸ਼ਨਾਂ ਦਿੱਤੀਆਂ ਹੋਣਗੀਆਂ, ਉੱਥੋਂ ਤੁਸੀਂ ਜਾ ਕੇ ਇਹ ਦੋਨਾਂ 'ਚੋਂ ਇੱਕ ਟਿਕ ਕਰ ਦੇਣੀ ਹੈ। ਰਾਈਟ ਦੋਸਤੋ, ਅੱਗੇ ਆਪਾਂ ਚੱਲਦੇ ਹਾਂ ਦੋਸਤੋ ਨੈਕਸਟ ਕੁਐਸਚਨ 'ਤੇ। ਕੁਐਸਚਨ ਨੰਬਰ ਹੈ ਆਪਣੇ ਕੋਲ 9। ਟਰਾਂਸਫਾਰਮਰ ਦੇ ਵਿੱਚ ਤੇਲ ਕਿਸ ਕੰਮ ਲਈ ਵਰਤਿਆ ਜਾਂਦਾ ਹੈ? ਮੋਸਟ ਇੰਪੋਰਟੈਂਟ ਕੁਐਸਚਨ ਇਹ ਵੀ ਹੈ। ਇਨਸੂਲੇਸ਼ਨ ਲਈ, ਟਰਾਂਸਫਾਰਮਰ ਨੂੰ ਠੰਡਾ ਕਰਨ ਲਈ, ਉਪਰੋਕਤ ਦੋਵੇਂ ਜਾਂ ਉਪਰੋਕਤ ਕੋਈ ਨਹੀਂ? ਮੇਰੇ ਪਿਆਰੇ ਦੋਸਤੋ, ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਇਨਸੂਲੇਸ਼ਨ ਲਈ ਅਤੇ ਟਰਾਂਸਫਾਰਮਰ ਨੂੰ ਠੰਡਾ ਕਰਨ ਲਈ। ਆਪਸ਼ਨ ਈਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ। ਨੈਕਸਟ ਕੁਐਸਚਨ ਚਲੀਏ ਜੀ। ਕੁਐਸਚਨ ਨੰਬਰ ਹੈ 10। ਜਿਹੜੇ ਸਬ ਸਟੇਸ਼ਨ ਦੇ ਵਿੱਚ ਟਰਾਂਸਫਾਰਮਰ ਲੱਗੇ ਹੁੰਦੇ ਹਨ, ਜਿੱਥੋਂ ਆਪਣੇ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਤੱਕ ਜੋ ਸਪਲਾਈ ਪਹੁੰਚਦੀ ਹੈ, ਜੋ ਆਪਣੇ ਸਬ ਸਟੇਸ਼ਨ ਹੁੰਦੇ ਹਨ, ਬਿਜਲੀ ਘਰ ਹੁੰਦੇ ਹਨ, ਉੱਥੇ ਜੋ ਟਰਾਂਸਫਾਰਮਰ ਲੱਗੇ ਹੁੰਦੇ ਹਨ ਉਹ ਕਿਹੜੇ ਲੱਗੇ ਹੁੰਦੇ ਹਨ? ਡਿਸਟ੍ਰੀਬਿਊਸ਼ਨ ਟਰਾਂਸਫਾਰਮਰ, ਸ਼ੈਲ ਟਰਾਂਸਫਾਰਮਰ, ਪਾਵਰ ਟਰਾਂਸਫਾਰਮਰ ਜਾਂ ਉਪਰੋਕਤ ਸਾਰੇ ਹੀ? ਦੋਸਤੋ, ਇਹ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਕਿਹੜੇ ਟਰਾਂਸਫਾਰਮਰ ਲੱਗੇ ਹੁੰਦੇ ਹਨ। ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ, ਐਂਡ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜਿਹੜੇ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੇ ਚੰਗੇ ਮਟੀਰੀਅਲ ਦੇ ਨਾਲ PDF ਲੈਣੀਆਂ ਹਨ ਤਾਂ ਆਹ ਦਿੱਤੇ ਨੰਬਰ 9640615144 ਔਨਲਾਈਨ ਤੁਸੀਂ ਸਾਨੂੰ 200 ਰੁਪਏ ਔਨਲਾਈਨ ਮਾਧਿਅਮ ਰਾਹੀਂ ਔਨਲਾਈਨ ਕਰਕੇ ਤੁਸੀਂ ਸਾਡੇ ਕੋਲੋਂ ਸਾਰੀਆਂ PDF ਆਪਣੇ WhatsApp 'ਤੇ ਤੁਸੀਂ ਲੈ ਸਕਦੇ ਹੋ। ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਵੇਖਣਾ ਚਾਹੁੰਦੇ ਹਨ ਤਾਂ ਪਲੇਲਿਸਟ ਵਿੱਚ ਜਾ ਕੇ ਤੁਸੀਂ ਜਾ ਕੇ ਦੇਖ ਲਓ। ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ, ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ। ਸੋ ਮਿਲਦੇ ਹਾਂ ਨੈਕਸਟ ਕਲਾਸ ਵਿੱਚ। ਥੈਂਕ ਯੂ ਵੈਰੀ ਮੱਚ।